ਬਠਿੰਡਾ ਵਿੱਚ ਇੱਕ ਮਹਿਲਾ ਨੂੰ ਕਤਲ ਕਰਕੇ ਉਸ ਤੋਂ ਬਾਅਦ ਪੱਖੇ ਨਾਲ ਟੰਗ ਕੇ ਆਤਮ ਹੱਤਿਆ ਕਰਨ ਦਾ ਰੂਪ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਅੰਮ੍ਰਿਤ ਕੌਰ 32 ਸਾਲ ਵਜੋਂ ਹੋਈ ਹੈ। ਮ੍ਰਿਤਕ ਬਠਿੰਡਾ ਦੇ ਹੰਸ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਉਸ ਦਾ ਪਤੀ ਡਰਾਈਵਰੀ ਕਰਦਾ ਹੈ ਜੋ ਮੌਕੇ ਤੋਂ ਫਰਾਰ ਹੈ। DSP ਗੁਰਜੀਤ ਸਿੰਘ ਰਮਾਣਾ ਨੇ ਇਸ ਮੌਕੇ ਤੇ ਕਿਹਾ, ਇਹ ਹੰਸ ਨਗਰ ਹੈ 9 ਨੰਬਰ ਗਲੀ ਦੇ ਵਿੱਚ, ਇੱਥੇ ਅੰਮ੍ਰਿਤਪਾਲ ਕੌਰ ਰੇੜੀ ਲੈਂਦੀ ਸੀਗੀ। ਇੱਕ ਆਪਣੇ ਕੋਈ ਲੇਵਲ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਮੁੰਡਾ ਰਮਨਦੀਪ ਚੁੱਕੇ ਹੁੰਦਾ, ਅਤੇ ਅੱਜ ਇਹਦੀ ਸਿਸਟਰ ਨੇ 112 'ਤੇ ਕੰਪਲੇਂਟ ਕੀਤੀ ਸੀ ਵੀ ਇਹਦਾ ਮਰਡਰ ਹੋ ਗਿਆ ਜੀ। ਮੌਕੇ 'ਤੇ ਜਾ ਕੇ ਦੇਖਿਆ, ਇਹਦੀ ਲਾਸ਼ ਜਿਹੜੀ ਹੈਗੀ ਆ ਉਹ ਪੱਖੇ ਨਾਲ ਲਮਕ ਰਹੀ ਸੀ, ਅਤੇ ਇਹਦਾ FIR ਲੌਂਚ ਕਰਤੀ ਹੈ ਅੰਡਰ ਸੈਕਸ਼ਨ 302 IPC ਇਹਦੇ ਰਮਨਦੀਪ ਦੇ ਖਿਲਾਫ, ਬਾਕੀ ਜਿਹੜੀ ਫਰਦਰ ਉਹਦੀ ਪ੍ਰੋਕ ਕੀਤੀ ਜਾਊ। ਮੁੱਢਲੀ ਜਾਂਚ ਜੇ ਇਹ ਬੰਦਾ ਜੇ ਰਾਊਂਡ ਅਪ ਹੋ ਗਿਆ ਫਿਰ ਸਾਰਾ ਜਿਹੜਾ ਹੈਗਾ ਇਹਦਾ ਉਧੇੜਿਆ ਜਾਏਗਾ ਵੀ ਕਿਉਂ ਹੋਇਆ ਹੈ, ਕੀ ਗੱਲ ਹੈ, ਕੀ ਬਾਤ। ਕਿਰਾਏ 'ਤੇ ਸੀ, ਇਕੱਲੀ ਰਹਿੰਦੀ ਸੀ, ਕਿੰਨੇ ਟਾਈਮ ਕਿਰਾਏ 'ਤੇ ਰਹਿੰਦੀ ਸੀ? 6-7 ਮਹੀਨੇ ਪਹਿਲਾਂ ਤਾਰਾ ਸਿੰਘ ਆਪੂ ਪਰਸਾਮ ਨਗਰ ਦਾ 3000 ਰੁਪਏ ਕਿਰਾਏ ਦੇ ਉੱਤੇ ਇਹਨੇ ਦਿੱਤਾ ਹੋਇਆ ਸੀਗਾ। ਇਹ ਰਮਨਦੀਪ ਜਿਹੜਾ ਹੈਗਾ ਉਹ ਟਰੈਕਿੰਗ ਦਾ ਕੰਮ ਕਰਦਾ ਜੀ। ਸਰ ਕੋਈ ਪਤਾ ਲੱਗਿਆ ਵੀ ਚਿੱਟੇ ਦਾ ਵੀ ਕੋਈ ਨਸ਼ਾ ਨੁਸ਼ਾ ਕਰਦਾ ਸੀ, ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ? ਸਾਰਾ ਜਿਹੜਾ ਕੁਛ ਹੈਗਾ ਇਹ ਉਹਦੇ ਰਾਊਂਡ ਅਪ ਹੋਣ ਤੋਂ ਬਾਅਦ ਜਿਹੜੀ ਐਵੀਡੈਂਸ ਕਲੈਕਟ ਕੀਤੀ ਜਾਏਗੀ, ਜੋ ਵੀ ਹੋਇਆ ਉਹਨੂੰ ਰਿਕਾਰਡ ਕਰਨਾ।